ਸਕਦਾ ਜਦੋਂ ਮੈਨੂੰ ਮਾਨ ਸਾਹਿਬ ਨੇ ਕਿਹਾ ਸੀ ਵੀ ਆਪਾਂ ਟਿਕਟ ਦੇਵਾਂਗੇ ਤੇ ਬਾਈ ਸੁਖਜਿੰਦਰ ਸਿੰਘ ਕੌਣੀ ਸਾਹਿਬ ਤੇ ਪਤਵਾਲ ਸ਼ਰਮਾ ਜੀ ਤੇ ਕੀ ਗੁਜਰੀ ਹੋਣੀ ਆ ਮੈਂ ਸਮਝ ਸਕਦਾ ਪਰ ਪਾਰਟੀਆਂ ਦੇ ਫੈਸਲੇ ਆ ਆਪਾਂ ਨੂੰ ਸਿਰ ਝੁਕਾ ਕੇ ਮੰਨਣੇ ਪੈਂਦੇ ਆ ਬਿਲਕੁਲ ਡਿੰਪੀ ਢਲੋਜੀ ਜਿਹੜੇ ਪਾਰਟੀਆਂ ਦੇ ਫੈਸਲੇ ਆ ਸਿਰ ਝੁਕਾ ਕੇ ਮੰਨਣੇ ਪੈਂਦੇ ਆ ਪਰ ਤੁਸੀਂ ਅਕਾਲੀ ਦਲ ਦਾ ਫੈਸਲਾ ਕਿਉਂ ਨਹੀਂ ਮੰਨਿਆ ਤੁਹਾਨੂੰ ਲੱਗਿਆ ਕਿ ਜਿਹੜੀ ਟਿਕਟਾ ਉਹ ਤੁਹਾਨੂੰ ਨਹੀਂ ਮਿਲ ਸਕਦੀ ਹੋ ਸਕਦਾ ਸੁਖਬੀਰ ਸਰਦਾਰ ਸੁਖਬੀਰ ਸਿੰਘ ਬਾਦਲ ਆਪ ਗਿੱਦੜਵਾਹਾ ਤੋਂ ਟਿਕਟ ਲੜੇ ਪਰ ਉਹ ਗੱਲ ਵੱਖਰੀ ਆ ਕਿਉਂ ਨਹੀਂ ਲੜਦੇ ਟਿਕਟਾ ਤੁਸੀਂ ਉਸ ਵਕਤ ਪਾਰਟੀ ਛੱਡਣਾ ਸਹੀ ਸਮਝਿਆ ਤੁਸੀਂ ਜਿਹੜਾ ਸਿਰ ਝੁਕਾ ਕੇ ਪਾਰਟੀ ਦਾ ਫੈਸਲਾ ਕਿਉਂ ਨਹੀਂ ਮੰਨਿਆ ਇਹ ਉਹ ਲੋਕ ਆ ਜਿਨ੍ਹਾਂ ਨੂੰ ਸੁਪਨੇ ਵਿਖਾਏ ਗਏ ਕਿ ਜੀ ਜਦੋਂ ਇਹ ਜਿਹੜੇ ਆਮ ਘਰਾਂ ਦੇ ਟਿਕਟਾ ਲੜਨਗੇ ਇਹਨਾਂ ਲੋਕਾਂ ਨੂੰ ਸੁਪਨੇ ਵਿਖਾਏ ਗਏ ਕਿ ਜਿਹੜੇ ਗਰੀਬ ਲੋਕ ਆ ਉਹ ਐਮਐਲਏ ਦੀਆਂ ਕੁਰਸੀਆਂ ਤੇ ਬੈਠਣਗੇ ਇਹਨਾਂ ਨੂੰ ਸੁਪਨੇ ਵਿਖਾਏ ਗਏ ਕਿ ਯੰਗ ਨੌਜਵਾਨ ਕੁਰਸੀਆਂ ਤੇ ਬੈਠੇ ਜਾਣਗੇ ਇਹਨਾਂ ਨੂੰ ਸੁਪਨੇ ਵਿਖਾਏ ਗਏ ਕਿ ਐਕਤੀ ਕੋਈ ਰਾਜਨੀਤਿਕ ਲੀਡਰ ਨਹੀਂ ਐਕਤੀ ਕੋਈ ਕਿਸੇ ਪਾਰਟੀਆਂ ਦਾ ਲਿਆ ਕੇ ਲੀਡਰਸ਼ਿਪ ਟਿਕਟਾ ਨਹੀਂ ਲੜਾਉਣੀਆਂ ਤੁਹਾਡੇ ਵਿੱਚੋਂ ਟਿਕਟਾ ਲੜਾਉਣੀਆਂ ਇਹਨਾਂ ਨੇ ਘਰ-ਬਾਰ ਛੱਡ ਦਿੱਤੇ ਇਹਨਾਂ ਨੇ ਸਾਰੇ ਪਰਿਵਾਰ ਛੱਡ ਦਿੱਤੇ ਇਹਨਾਂ ਨੇ ਆਪਦੇ ਘਰ ਦੀਆਂ ਮੁਸੀਬਤਾਂ ਛੱਡ ਦਿੱਤੀਆਂ ਤੇ ਪਾਰਟੀਆਂ ਵਾਸਤੇ ਕੰਮ ਕਰਨ ਲੱਗ ਪਏ ਤੇ ਤੁਸੀਂ ਅੱਜ ਉਹਨਾਂ ਨੂੰ ਇਹ ਕਹਿ ਰਹੇ ਆ ਕਿ ਵੀਡੀਓ ਤਾਂ ਪੁਰਾਣੀ ਆ ਪਰ ਮੇਰੇ ਸਾਹਮਣੇ ਅੱਜ ਆਈ ਆ ਕਿ ਤੁਸੀਂ ਸਿਰ ਝੁਕਾ ਕੇ ਫੈਸਲਾ ਮੰਨੋ ਪਾਰਟੀ ਦਾ ਕੀ ਗੱਲ ਬਈ ਤੁਸੀਂ ਕਿਉਂ ਨਹੀਂ ਮੰਨਿਆ ਇਹ ਗਰੀਬ ਲੋਕ ਹੀ ਫੈਸਲੇ ਮੰਨਣ ਜਿੰਨਾ ਲੋਕਾਂ ਦੇ ਹੱਕ ਬੰਦੇ ਸੀ ਝਾੜੂ ਵਾਲਿਆਂ ਨੇ ਕਿੰਨਿਆਂ ਦੇ ਹੱਕ ਮਾਰਤੇ ਆ ਕਿੰਨੇ ਹਲਕਿਆਂ ਤੋਂ ਬੰਦਿਆਂ ਦੇ ਨਾਂ ਗਿਣਾਵਾ ਜੇਕਰ ਨਾਂ ਗਿਣੌਣ ਤੇ ਆ ਗਿਆ ਤੇ ਮੈਂ ਗਰੰਟੀ ਦੇ ਨਾਲ ਕਹਿਣਾ ਕਿ ਅੱਧੀਆਂ ਟਿਕਟਾਂ ਕਾਂਗਰਸ ਕਾਲੀ ਦਲ ਦੇ ਲੀਡਰਾਂ ਨੂੰ ਦਿੱਤੀਆਂ ਜਿਹੜੇ ਕਦੇ ਕਾਂਗਰਸੀਆਂ ਨੂੰ ਟਿੱਚੜਾ ਕਰਦੇ ਸੀ ਜਿਹੜੇ ਅਕਾਲੀਆਂ ਨੂੰ ਟਿੱਚੜਾ ਕਰਦੇ ਸੀ ਕਿ ਇਹਨਾਂ ਨੂੰ ਚੋਣਾ ਲੜਾਉਣ ਵਾਸਤੇ ਬੰਦੇ ਨਹੀਂ ਮਿਲਦੇ ਤੇ ਇਸ ਟਾਈਮ ਝਾੜੂ ਵਾਲਿਆਂ ਦੇ ਤਿੰਨ ਚਾਰ ਦਾਵੇ ਡਾਰਸੀ ਗਿੱਦੜਵਾ ਦੇ ਵਿੱਚੋਂ ਪਰ ਉਹਨਾਂ ਨੇ ਤੁਹਾਨੂੰ ਲਿਆਂਦਾ ਕਿਉਂਕਿ ਤੁਸੀਂ ਇੱਕ ਬਿਜ਼ਨਸਮੈਨ ਸੀ ਕਿਉਂਕਿ ਤੁਹਾਨੂੰ ਲਿਆਂਦਾ ਤੁਸੀਂ ਤਗੜੇ ਘਰੋਂ ਸੀ ਔਰ ਤੁਸੀਂ ਆਪਦੀ ਪਾਰਟੀ ਛੱਡ ਕੇ ਤੁਹਾਨੂੰ ਸ਼ੱਕ ਹੋ ਗਿਆ ਹੁਣ ਕਿ ਤੁਹਾਨੂੰ ਟਿਕਟ ਨਹੀਂ ਮਿਲਨੀ ਤੇ ਤੁਸੀਂ ਉੱਥੇ ਦਾ ਸਿਰ ਝਕਾਇਆ ਨਹੀਂ ਤੇ ਹੁਣ ਦੂਜੇ ਥਾਵਾਂ ਤੇ ਮੱਤਾ ਦਿੰਨੇ ਆ ਤੁਹਾਡਾ ਕੰਮ ਮੈਂ ਕੀ ਗਿਣਾਵਾਂ ਤੁਸੀਂ ਇਹ ਡਿੰਪੀ ਢੁੱਲੋ ਜੀ ਮੇਰੀਆਂ ਗੱਲਾਂ ਦੇ ਤੁਹਾਨੂੰ ਕਈ ਗੁੱਸੇ ਲੱਗ ਸਕਦੇ ਆ ਪਰ ਪਾਰਟੀਆਂ ਦੇ ਫੈਸਲੇ ਸਿਰ ਚਕਾ ਕੇ ਮੰਨਣੇ ਚਾਹੀਦੇ ਆ ਇੱਥੇ ਵੀ ਤੁਹਾਡੀ ਗੱਲ ਰਹਿ ਗਈ ਆ ਪਰ ਫੈਸਲੇ ਕੀ ਆਏ ਵਾਰ ਉਹੀ ਫੈਸਲੇ ਮੰਨਣ ਜਿਹੜੇ ਜਿਹੜਾ ਕਦੇ ਪਾਰਟੀ ਦੇ ਵਿੱਚ ਜਦੋਂ ਨਵੀਂ ਆਈ ਸੀ ਇਹ ਪਾਰਟੀ ਉਦੋਂ ਕੋਈ ਤੁਹਾਡੇ ਵਰਗਾ ਝੰਡੇ ਨੂੰ ਵੇਂਦਾ ਨਹੀਂ ਸੀਗਾ ਉਦੋਂ ਕੋਈ ਇਹ ਕਹਿੰਦਾ ਸੀ ਯਾਰ ਬੌਕਰ ਆਲੇ ਆ ਫਿਰਦੇ ਆ ਉਦੋਂ ਕਹਿੰਦਾ ਸੀ ਹਾਂ ਇਹਨਾਂ ਨੇ ਕੀ ਕਰਨਾ ਉਦੋਂ ਮੁਖਸਰ ਦੇ ਵਿੱਚ ਰੇਲੀਆਂ ਜਾਂਦੀਆਂ ਹੁੰਦੀਆਂ ਸੀ ਰੈਲੀ ਤੇ ਅਕਾਲੀ ਦਲ ਦੀ ਰੈਲੀ ਕਾਂਗਰਸ ਦੀ ਰੈਲੀ ਤੇ ਝਾੜੂ ਦੀ ਰੈਲੀ ਉਹਨਾਂ ਟਾਈਮਾਂ ਤੇ ਕੋਈ ਉਹਨਾਂ ਝਾੜੂ ਆਿਆਂ ਦੀ ਰੈਲੀ ਦੀ ਬੱਸ ਦੇ ਵਿੱਚ ਕੋਈ ਬੈਂਦਾ ਨਹੀਂ ਹੁੰਦਾ ਸੀ ਤੇ ਜਿਨ੍ਹਾਂ ਨੂੰ ਤੁਸੀਂ ਅੱਜ ਮੱਤਾਂ ਦਿੰਨੇ ਆ ਇਹਨਾਂ ਵਰਗਿਆਂ ਨੇ ਯਾਦ ਰੱਖੋ ਕਿ ਭਾਈ ਜੀ ਮੈਂ ਇਹ ਸ਼ਬਦ ਕਹਿਣ ਲੱਗਿਆ ਮਾਫੀ ਚਾਹੁੰਨਾ ਪਰ ਇਹ ਸ਼ਬਦ ਹੈ ਸਹੀ ਆ ਕਿ ਸਿੰਘਾ ਹੋ ਗਈਆਂ ਸੀ ਜਿਹੜੇ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਪੁਰਾਣੇ ਵਰਕਰ ਆ ਵੇਖੋ ਮੈਂ ਅਕਸਰ ਕਹਿਣਾ ਹੁੰਨਾ ਕਿ ਸੱਚ ਗੱਲ ਮੈਂ ਹਮੇਸ਼ਾ ਕਰੂੰਗਾ ਚਾਹੇ ਉਹ ਭਗਵਾਨਤ ਮਾਨ ਦੇ ਨਾਲ ਧੱਕਾ ਹੁੰਦਾ ਹੋਵੇ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨਾਲ ਧੱਕਾ ਹੁੰਦਾ ਹੋਵੇ ਚਾਹੇ ਕਿਸੇ ਆਮ ਵਰਕਰ ਨਾਲ ਧੱਕਾ ਹੁੰਦਾ ਹੋਵੇ ਮੈਂ ਉੱਥੇ ਜ਼ਰੂਰ ਬੋਲਦਾ ਚਾਹੇ ਉਹ ਪੰਜਾਬ ਦੇ ਲੋਕਾਂ ਦੇ ਨਾਲ ਧੱਕਾ ਹੁੰਦਾ ਹੋਵੇ ਉਹਨਾਂ ਲੋਕਾਂ ਨੇ ਜਿਹੜਾ ਕਹਿ ਲੋ ਕਿ ਸੀਆਂ ਕਰ ਕਰਕੇ ਲੋਕਾਂ ਦੇ ਬੱਸਾਂ ਚ ਬਿਠਾਉਣੇ ਲੋਕਾਂ ਦੀਆਂ ਮੰਤੀਆਂ ਕਰਨੀਆਂ ਔਰ ਨੱਕ ਦੀਆਂ ਲਕੀਰਾਂ ਕੱਢਣੀਆਂ ਔਰ ਉਹਨਾਂ ਨੇ ਪਾਰਟੀ ਦੇ ਝੰਡੇ ਚੱਕ ਕੇ ਪਾਰਟੀ ਨੂੰ ਲੋਕਾਂ ਦੇ ਵਿੱਚ ਲਿਆਂਦਾ ਦੁਸ਼ਮਣੀਆਂ ਪਾਈਆਂ ਪਰਚੇ ਪਵਾਲੇ ਔਰ ਜਿਹੜੇ ਰਹਿੰਦੇ ਖੁੰਦੇ ਘਰ ਦੇ ਚਾਰ ਛਿੱਲੜ ਸੀ ਉਹ ਵੀ ਡਾਤੇ ਉਜਾੜਤੇ ਜਦੋਂ ਇਸ ਪਾਰਟੀ ਦੀ ਕੋਈ ਟਿਕਟ ਐਮਐਲਏ ਦੀ ਲੜ ਨੂੰ ਤਿਆਰ ਨਹੀਂ ਸੀ ਉਹਨਾਂ ਟਾਈਮਾਂ ਤੇ ਕੁਝ ਗਰੀਬ ਘਰਾਂ ਦੇ ਐਮਸੀ ਦੇ ਇਲੈਕਸ਼ਨ ਲੜਦੇ ਸੀ ਛਿੱਤਰ ਖਾਂਦੇ ਸੀ ਦੂਜੀਆਂ ਪਾਰਟੀਆਂ ਤੋਂ ਉਹਨਾਂ ਟਾਈਮਾਂ ਦੇ ਵਿੱਚ ਉਹ ਸਰਪੰਚ ਬਣਦੇ ਸੀ ਸਰਪੰਚੀ ਦੇ ਇਲੈਕਸ਼ਨ ਲੜਦੇ ਸੀ ਪਰ ਅੱਜ ਜਦੋਂ ਅੱਜ ਪਾਰਟੀ ਆ ਗਈ ਆ ਤੇ ਉਹਨਾਂ ਲੋਕਾਂ ਨੂੰ ਐਮਐਲਏ ਦੀ ਤਾਂ ਦੂਰ ਦੀ ਗੱਲ ਆ ਅੱਜ ਕੋਈ ਐਮਸੀ ਦੀ ਟਿਕਟ ਨਹੀਂ ਮਿਲਦੀ ਉਹ ਟਿਕਟਾਂ ਕੌਣ ਲੈਣਗੇ ਤੁਹਾਡੇ ਵਰਗੇ ਟਿਕਟਾਂ ਵੰਡਣਗੇ ਐਮਸੀਆ ਦੀਆਂ ਤੁਹਾਡੇ ਵਰਗੇ ਸਰਪੰਚੀ ਦੀਆਂ ਟਿਕਟਾਂ ਵੰਦਿਆ ਆਹ ਗਿੱਦੜਵਾਦ ਦੇ ਵਿੱਚ ਤੁਸੀਂ ਕੀ ਕੀਤਾ ਸੀ ਰਾਜਾ ਵੜਿੰਗ ਧਰਨੇ ਤੇ ਬੈਠਾ ਰਿਹਾ ਸੀ ਤੁਸੀਂ ਕਹਿੰਦੇ ਆ ਕਿ 20 ਦੇ ਨੇੜੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਜਿਹੜੇ ਸਰਪੰਚ ਉੱਠੇ ਸੀ ਤੁਸੀਂ ਉਹਨਾਂ ਦੇ ਚੋਣ ਨਿਸ਼ਾਨ ਤੱਕ ਰੱਦ ਕਰਾਤੇ ਕਿਸੇ ਨੂੰ ਘੜਾ ਮਿਲਿਆ ਕਿਸੇ ਨੂੰ ਟਰੈਕਟਰ ਮਿਲਿਆ ਪਰ ਉਹਨਾਂ ਦੇ ਹੱਥ 'ਚ ਨਿਸ਼ਾਨ ਹੀ ਨਹੀਂ ਰਹਿ ਗਏ ਉਹਨਾਂ ਦੀਆਂ ਫਾਈਲਰ ਰਿਜੈਕਟ ਕਰਾਤੀਆਂ ਐਦੋਂ ਤੇ ਧੱਕਾ ਕੀ ਹੋ ਸਕਦਾ ਤੁਸੀਂ ਤਾਂ ਲੋਕਾਂ ਦੇ ਫੈਸਲੇ ਨਹੀਂ ਮੰਨੇ ਤੁਸੀਂ ਉਹ ਜਿਹੜਾ ਕਹਿ ਲੋ ਤੁਸੀਂ ਤਾਂ ਧਰਨੇ ਨਹੀਂ ਮੰਨਦੇ ਤੁਸੀਂ ਤੁਹਾਡੇ 12 ਦੇ ਵਿੱਚ ਧਰਨੇ ਲਾਉਣ ਵਾਲਾ ਕੰਮ ਹੋਇਆ ਪਿਆ ਸੀ ਪਰ ਉਸ ਟਾਈਮ ਤੇ ਤਾਂ ਨਹੀਂ ਮੰਨਦੇ ਤੁਸੀਂ ਦੂਜਿਆਂ ਨੂੰ ਮਤਾਂ ਦੇ ਰਹੇ ਆ ਕਿ ਸਿਰ ਝੁਕਾ ਕੇ ਪਾਰਟੀ ਦਾ ਫੈਸਲਾ ਮੰਨਣਾ ਪੈਂਦਾ ਕਿਉਂ ਮੰਨਣਾ ਪੈਂਦਾ ਇਹੋ ਜੀ ਪਾਰਟੀ ਦਾ ਕਰਨਾ ਕੀ ਆ ਕਿ ਜਿਹੜੇ ਆਪ ਦੇ ਵਰਕਰਾਂ ਦਾ ਹੱਕ ਮਾਰ ਕੇ ਦੂਜਿਆਂ ਨੂੰ ਹੱਕ ਦੇਵੇ ਡੇਰਾ ਬਾਬਾ ਨਾਨਕ ਤੋਂ ਅਮਰਜੀਤ ਉਦੋਵਾਲੀਆ ਜਿਨੇ ਕਹਿੰਦੇ ਬਹੁੜੀ ਮਿਹਨਤ ਕੀਤੀ ਆ ਉਹਨਾਂ ਨੇ ਵੀ ਪੁਰਾਣੇ ਵਰਕਰ ਸੀ ਔਰ ਉਹਨਾਂ ਨੇ ਹਮੇਸ਼ਾ ਕਹਿੰਦੇ ਸੱਚ ਦੀ ਗੱਲ ਕੀਤੀ ਆ ਸੁਣਿਆ ਬਾਕੀ ਆਪਾਂ ਕੋਲ ਤਾਂ ਜਾ ਕੇ ਨਹੀਂ ਆਏ ਹੁਣ ਉਹਦਾ ਹੱਕ ਮੰਦਾ ਸੀ ਡੇਰਾ ਬਾਬਾ ਨਾਨਕ ਤੋਂ ਹਲਕੇ ਦੀ ਗੱਲ ਕਰ ਰਿਹਾ ਮੈਂ ਉਹਦਾ ਵੀ ਹੱਕ ਮਾਰਿਆ ਗਿਆ ਔਰ ਲਿਆ ਕੇ ਮੈਂ ਤੁਹਾਨੂੰ ਕਹਿਣਾ ਕਿ ਇੱਥੇ ਉਹ ਪਾਰਟੀ ਦਾ ਕਰਨਾ ਕੀ ਆ ਜਿਹੜੀ ਪਾਰਟੀ ਨੂੰ ਕਿਸੇ ਟਾਈਮ ਤੇ ਕੁੱਤੇ ਨਾਲ ਪੁੱਛਦੇ ਹੋਣ ਤੇ ਉਹਨਾਂ ਬੰਦਿਆਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਪਾਲਟੀ ਵਾਰ ਦਿੱਤੀ ਹੋਵੇ ਉਹਨਾਂ ਲੋਕਾਂ ਨੇ ਉਹਨਾਂ ਵਰਕਰਾਂ ਨੇ ਲੋਕਾਂ ਦੇ ਮੂੰਹ ਤੇ ਝਾੜੂ ਝਾੜੂ ਚੜਾਤਾ ਹੋਵੇ ਜਿਹੜੇ ਤੁਹਾਡੇ ਵਰਗੇ ਟਿੱਚਰਾ ਕਰਦੇ ਸੀ ਉਹਨਾਂ ਹੀ ਵਰਕਰਾਂ ਦਾ ਵਿਰੋਧ ਕਰਦੇ ਸੀ ਅੱਜ ਤੁਹਾਨੂੰ ਉਹਨਾਂ ਦੇ ਲਿਆ ਕੇ ਸਿਰ ਤੇ ਬਿਠਾਤਾ ਤੇ ਤੁਸੀਂ ਕਹੀ ਜਾਂਦੇ ਆ ਕਿ ਤੁਸੀਂ ਇਹ ਫੈਸਲਾ ਮੰਨੋ ਮੈਂ ਇਹ ਕਹਿਣਾ ਕਿ ਇਹ ਗਰੀਬ ਲੋਕਾਂ ਦੇ ਨਾਲ ਦਰਅਸਲ ਧੱਕਾ ਇਹ ਗਰੀਬ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਲੋਕਾਂ ਨੂੰ ਸੁਪਨੇ ਵਿਖਾਏ ਗਏ ਸੀ ਕਿ ਗਰੀਬਾਂ ਨੂੰ ਟਿਕਟਾ ਦੇਵਾਂਗੇ ਸੁਪਨੇ ਵਿਖਾਏ ਗਏ ਸੀ ਦਿਹਾੜੀਦਾਰਾਂ ਨੂੰ ਟਿਕਟਾ ਦੇਵਾਂਗੇ ਸੁਪਨੇ ਵਿਖਾਏ ਗਏ ਸੀ ਪੜ੍ਹੇ ਲਿਖੇ ਨੌਜਵਾਨਾਂ ਨੂੰ ਉਹ ਕਰਾਂਗੇ ਸੁਪਨੇ ਵਿਖਾਏ ਗਏ ਸੀ ਕਿ ਗਰੀਬ ਕਿਸਾਨਾਂ ਨੂੰ ਟਿਕਟਾ ਦੇਵਾਂਗੇ ਪਰ ਟਿਕਟਾ ਮਿਲੀਆਂ ਕਿੰਨਾਂ ਨੂੰ ਟਿਕਟਾ ਮਿਲੀਆਂ ਉਹਨਾਂ ਨੂੰ ਜਿਹੜੇ ਹੁਣ ਕਿਸੇ 4 ਵਿਅਕਤੀਆਂ ਐਸੀਆਂ ਨੂੰ ਟਿਕਟਾ ਦੇ ਕੇ ਉਹ ਇਹ ਨਾ ਸਮਝੋ ਜੇ ਕਿ ਤੁਸੀਂ ਦੋ ਚਾਰਾਂ ਨੂੰ ਕਹਿ ਕੇ ਕਿ ਹਾਂਜੀ ਅਸੀਂ ਗਰੀਬਾਂ ਨੂੰ ਕਰਤੀਆਂ ਤੁਹਾਡੀ ਪਾਰਟੀ ਦੇ ਵਿੱਚ ਜਿਹੜੀ ਪਾਰਟੀ ਦਾ ਨਾਮ ਆਮ ਆਦਮੀ ਪਾਰਟੀ ਆ ਉਹਨੇ ਆਮ ਲੋਕਾਂ ਦੇ ਜਿਨ੍ਹਾਂ ਦੁੱਬਰ ਕਰ ਰੱਖਿਆ ਜਿਵੇਂ ਇੱਥੇ ਤੁਹਾਨੂੰ ਕੀ ਕੀ ਉਦਾਹਰਨਾਂ ਦੇਵਾਂ ਕਿ ਬਸ ਇੱਕ ਗੱਲ ਇਹ ਆ ਕਿ ਸ਼ਬਦ ਮੁੱਕਰੇ ਨਹੀਂਗੇ ਪਰ ਪੰਜਾਬ ਦੇ ਲੋਕਾਂ ਦੇ ਨਾਲ ਹਰ ਕੋਈ ਧੱਕਾ ਕਰਕੇ ਗਾਂ ਲੰਘ ਜਾਂਦਾ ਤੇ ਪੰਜਾਬ ਦੇ ਲੋਕ ਇੱਕ ਕੋਈ ਉਦਾਹਰਨ ਬੋਲਦਿਆਂ ਕਿ ਕੰਬਲੀ ਸੜੀ ਫਕੀਰ ਦੀ ਕਿ ਕੰਬਲੀ ਸੜੀ ਫਕੀਰ ਦੀ ਹੱਸਿਆ ਤਾੜੀ ਮਾਰ ਪੰਜਾਬ ਵਾਲੇ ਕਹਿੰਦੇ ਆ ਚੱਲ ਇਹ ਵੀ ਲੈ ਗਿਆ ਜਿਹੜਾ ਸੀ ਮੋਢਿਆਂ ਉੱਤੇ ਭਾਰ ਤੁਹਾਡਾ ਭਾਰ ਸੀਗਾ ਝਾੜੂ ਲਿਆਉਣਾ ਝਾੜੂ ਲਿਆਉਣਾ ਇਹ ਮੋਢਿਆਂ ਉੱਤੋਂ ਭਾਰ ਸੜਿਆ ਯਾਦ ਰੱਖੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੰਦਾ ਟਿਕਟ ਪਿੱਛੇ ਰੁਸ ਕੇ ਆਪ ਦੂਜੀ ਪਾਰਟੀ 'ਚ ਜਾਂਦਾ ਉਹ ਲੋਕਾਂ ਨੂੰ ਮਤਾਂ ਦੇ ਰਿਹਾ ਕਿ ਸਿਰ ਨਵਾ ਕੇ ਪਾਰਟੀ ਦਾ ਜਿਹੜਾ ਕਹ ਲੋ ਫੈਸਲਾ ਮੰਨੋ ਉਹ ਪਾਰਟੀ ਜਿਹੜੀ ਪਾਰਟੀ ਆਪਦੇ ਵਰਕਰਾਂ ਦਾ ਬੰਦਾ ਹੱਕ ਨਹੀਂ ਦੇ ਸਕਦੀ ਉਹ ਪਾਰਟੀ ਪੰਜਾਬ ਦੇ ਲੋਕਾਂ ਦਾ ਬੰਦਾ ਹੱਕ ਕਿੱਥੋਂ ਦੇ ਦੋਗੀ ਨਿਗਾ ਮਾਰੋ ਪੰਜਾਬ ਦੇ ਵਿੱਚ ਕੀ ਕੁਝ ਹੋਇਆ ਪਿਆ ਐਵੇਂ ਕਹਿਣ ਦੀਆਂ ਗੱਲਾਂ ਤੇ ਜਿਹੜੇ ਲੋਕ ਮੇਰੇ ਵਰਗੇ ਗਰੀਬ ਲੋਕ ਮੈਨੂੰ ਕੁਝ ਲੋਕ ਕਹਿੰਦੇ ਆ ਕਿ ਟਿਕਟ ਭਾਲਦਾ ਕਿਸੇ ਦੀ ਕੋਈ ਔਕਾਤ ਨਹੀਂ ਮੈਨੂੰ ਟਿਕਟ ਦੇ ਜਾਵੇ ਮੇਰੀ ਔਕਾਤ ਸਾਡੀ ਔਕਾਤ ਬਾਵਾ ਸਾਹਮ ਅੰਬੇਦਕਰ ਜੀ ਨੇ ਬਣਾਈ ਆ ਭੀਮਰਾਓ ਅੰਬੇਦਕਰ ਜੀ ਨੇ ਕਿ ਅਸੀਂ ਕਿਸੇ ਰਾਜੇ ਦੇ ਵਿਰੁੱਧ ਐਮ ਐਲ ਏ ਦੀ ਚੋਣ ਲੜ ਸਕਦੇ ਆ ਡਿੰਪੀ ਢੱਲੋ ਜੀ ਮੇਰੇ ਬਾਪੂ ਨੂੰ 11000 ਵੋਲਟ ਦੀ ਲਾਈਟ ਲੱਗੀ ਸੀ ਉਹਨਾਂ ਦਾ ਲਾਤ ਚੱਲ ਰਿਆ ਜਿਹੜੀ ਸਿਰ ਦੀ ਹੱਡੀ ਕਰੈਕ ਹੋ ਗਈ ਸੀ ਬਚਨ ਦੀ ਨਾਮ ਐਸੀ ਸੱਚੇ ਪਾਤਸ਼ਾਹ ਨੇ ਦੂਰਾ ਜਨਮ ਦਿੱਤਾ ਨੀ ਤਾਂ ਮੈਂ ਗਿੱਦੜਵਾਲ ਦੀਆਂ ਆ ਕੇ ਕੰਧਾਂ ਨਾ ਹਲਾਈਆਂ ਹੁੰਦੀਆਂ ਨਾ ਤੁਹਾਡੇ ਖਿਲਾਫ ਤੇ ਮੈਨੂੰ ਕਿਹਾ ਜੇ ਵਿਸ਼ਵ ਦੀ ਫਾਜ਼ਿਲਕਾ ਤੂੰ ਐਂ ਫਿਰਦਾ ਸੀ ਗਰੀਬ ਲੋਕਾਂ ਦਾ ਜਿਹੜਾ ਹੱਕ ਮੰਦਾ ਉਹ ਜ਼ਰੂਰ ਦੇਣਾ ਚਾਹੀਦਾ ਸੀ ਪਰ ਇੱਕ ਗੱਲ ਕਹੂੰਗਾ ਲੋਕੋ ਛੰਡੇ ਕਿਸੇ ਪਾਰਟੀ ਦੇ ਨਾ ਚੱਕੋ ਇੱਕ ਗੱਲ ਯਾਦ ਰੱਖ ਲਓ ਕਿ ਜਿਵੇਂ ਕਹਿੰਦੇ ਨਾ ਬੁੱਲਿਆ ਗੰਮਨਾ ਕਰਿਆ ਕਰ ਤਕਦੀਰ ਬਦਲਦੀ ਰਹਿੰਦੀ ਆ ਬੁੱਲਿਆ ਗੰਮਨਾ ਕਰਿਆ ਕਰ ਤਕਦੀਰ ਬਦਲਦੀ ਰਹਿੰਦੀ ਆ ਸ਼ੀਸ਼ਾ ਸ਼ੀਸ਼ਾ ਰਹਿੰਦਾ ਬਸ ਤਸਵੀਰ ਬਦਲਦੀ ਰਹਿੰਦੀ ਆ ਉਹੀ ਸ਼ੀਸ਼ਾ ਉਹੀ ਸ਼ੀਸ਼ਾ ਡਿੰਪੀਟ ਲੋ ਜਿਹੜਾ ਕਦੇ ਅਕਾਲੀ ਦਲ ਦੇ ਵਿੱਚੋਂ ਵਿਰੋਧ ਕਰਦੇ ਸੀ ਤੁਸੀਂ ਤੇ ਅੱਜ ਉਹੀ ਲੈ ਕੇ ਤੁਹਾਡੇ ਸਿਰ ਤੇ ਬਿਠਾਤਾ ਸ਼ੀਸ਼ਾ ਉਹੀ ਆ ਤਸਵੀਰਾਂ ਬਦਲ ਗਈਆਂ ਬਸ ਉਹੀ ਬੰਦਾ ਪਰ ਲੋਗੋ ਬਦਲ ਕੇ ਪਾਰਟੀਆਂ ਦੀ ਤੁਹਾਡੇ ਹੱਕ ਤੁਹਾਨੂੰ ਮਿਲਣੇ ਚਾਹੀਦੇ ਸੀ ਪਰ ਭਗਵਾਨ ਤਮਨਜੀ ਦੀ ਹੋ ਸਕਦਾ ਮਜਬੂਰੀ ਹੋਵੇ ਅਗਲਾ ਜਾ ਕੇ ਸਿੱਧਾ ਕੇਸਰੀਵਾਲ ਨੂੰ ਕਹਿੰਦਾ ਹੋਵੇ ਇਹ ਕੋਈ ਪ੍ਰਕਾਸ਼ ਸਿੰਘ ਬਾਦਲ ਥੋੜੀ ਆ ਕਿ ਜਿਹੜਾ ਆਪਦੇ ਫੈਸਲੇ ਆਪ ਲਾਊਗਾ ਕਿ ਕੋਈ ਚਰਨਜੀਤ ਸਿੰਘ ਚੰਨੀ ਥੋੜਾ ਜਿਹੜਾ ਆਪਦੇ ਫੈਸਲੇ ਆਪ ਲਾਊਗਾ ਇਹ ਕੋਈ ਕੈਪਟਨ ਮਰਿੰਦਰ ਸਿੰਘ ਥੋੜਾ ਜਿਹੜਾ ਆਪਦੇ ਫੈਸਲੇ ਆਪ ਲਾਊਗਾ ਇਹਨਾਂ ਦੇ ਫੈਸਲੇ ਤਾਂ ਕੇਸਰੀਵਾਲ ਲੈਂਦਾ ਤੇ ਜੇਕਰ ਡਿੰਪੀ ਢਿੱਲੋ ਜੀ ਮੇਰੀਆਂ ਸੱਚੀਆਂ ਗੱਲਾਂ ਦਾ ਗੁੱਸਾ ਲੱਗਦਾ ਹੋਵੇ ਮੈਂ ਹੁਣ ਵੀ ਇਹੀ ਕਹਿਣਾ ਕਿ ਤੁਸੀਂ ਇਹ ਕਹਿ ਰਹੇ ਆ ਕਿ ਸਿਰ ਨਵਾ ਕੇ ਪਾਰਟੀ ਦਾ ਫੈਸਲਾ ਮੰਨੂ ਪਰ ਫੈਸਲਾ ਤੁਸੀਂ ਵੀ ਮੰਨੂ ਫਿਰ ਤੁਸੀਂ ਕਿਉਂ ਪਾਰਟੀ ਛੱਡ ਕੇ ਆਏ ਆ ਇਹ ਸੱਚੀਆਂ ਗੱਲਾਂ ਗੁੱਸਾ ਲੱਗਦਾ ਹੋਵੇ ਤੁਹਾਡੀ ਪਾਰਟੀ ਦਾ ਫੈਸਲਾ ਮੈਂ ਮੰਨਾ ਨਾ ਮੰਨਾ ਪਰ ਤੁਹਾਡੇ ਕੋਲੋਂ ਸਿਰ ਨਵਾ ਕੇ ਦੋਨੇ ਹੱਥ ਜੋੜ ਕੇ ਮਾਫੀ ਚਾਹਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ